ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਸਿਲਾਈ ਉੱਪਰ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। ਇਸ ਡਿਜ਼ਾਇਨ ਦੀ ਪਹਿਲੀ ਸਿਲਾਈ ਆਪਾਂ ਪੂਰੀ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ। ਪਹਿਲੀ ਸਿਲਾਈ ਆਪਣੀ ਕੰਪਲੀਟ ਹੋ ਗਈ ਹੈ। ਦੂਸਰੀ ਸਿਲਾਈ ਆਪਾਂ ਪੂਰੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਦੂਸਰੀ ਸਿਲਾਈ ਆਪਾਂ ਨੇ ਪੂਰੀ ਉਲਟੀ ਬੁਣ ਕੇ ਕੰਪਲੀਟ ਕਰ ਲਈ। ਤੀਸਰੀ ਸਿਲਾਈ, ਪਹਿਲਾ ਕੁੰਡਾ ਆਪਾਂ ਸਿੱਧਾ ਬੁਣਾਂਗੇ ਇਸ ਤਰ੍ਹਾਂ। ਅੱਗੇ ਜਿਹੜੇ ਦੋ ਕੁੰਡੇ ਨੇ ਜੇ ਵਾਲੇ, ਇਹਨਾਂ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ, ਅੱਗੇ ਵਾਲੀ ਸਾਈਡ ਤੋਂ ਇਸ ਤਰ੍ਹਾਂ, ਯਾਨੀ ਕਿ ਸਿੱਧਾ। ਦੋ ਕੁੰਡੇ 'ਤੇ ਕੁੰਡਾ ਕਰਾਂਗੇ, ਪੂਰੀ ਸਿਲਾਈ 'ਚ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਂਦੇ ਜਾਵਾਂਗੇ ਇਸ ਤਰ੍ਹਾਂ। ਦੇਖੋ ਇਹ ਦੋ ਕੁੰਡੇ ਨੇ, ਇੱਥੋਂ ਦੀ ਆਪਣੇ ਅੱਗੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਸਿਲਾਈ ਪਾ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ। ਲਾਸਟ ਦਾ ਇੱਕ ਕੁੰਡਾ ਆਪਣੇ ਕੋਲ ਬਚਿਆ, ਇਹਨੂੰ ਆਪਾਂ ਸਿੱਧਾ ਬੁਣਾਂਗੇ। ਇਹ ਦੇਖੋ ਸਾਰੇ ਆਪਾਂ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਕਰ ਲਿਆ, ਇੱਕ ਕੁੰਡਾ ਆਪਣੇ ਕੋਲ ਅੱਗੇ ਸਿੰਗਲ ਆ ਅਤੇ ਇੱਕ ਪਿੱਛੇ। ਚੌਥੀ ਸਿਲਾਈ, ਪਹਿਲੇ ਕੁੰਡੇ ਨੂੰ ਆਪਾਂ ਉਲਟਾ ਬੁਣਾਂਗੇ, ਧਾਗਾ ਦੂਸਰੀ ਸਾਈਡ। ਆਪਣੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਿਆ ਪਹਿਲੀ ਸਿਲਾਈ ਦੇ ਵਿੱਚ, ਅਤੇ ਆਪਣੇ ਕੋਲ ਇੱਕ ਇੱਕ ਕੁੰਡਾ ਘੱਟ ਦਿੱਤਾ ਗਿਆ। ਆਪਣੇ ਇੱਥੋਂ ਕੁੰਡਾ ਨਹੀਂ ਵਧਾਉਣੀ ਸਟਾਰਟ ਕਰਨੇ, ਇਹ ਪਹਿਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੁਣਾਂਗੇ। ਠੀਕ ਹੈ, ਪਹਿਲਾ ਕੁੰਡਾ ਉਲਟਾ ਬੁਣਿਆ, ਦੂਸਰਾ ਕੁੰਡਾ ਸਿੱਧਾ ਬੁਣਿਆ। ਦੇਖੋ ਜਿਹੜਾ ਆਪਣੇ ਕੋਲ ਇਹ ਵਾਲਾ ਧਾਗਾ, ਇਹ ਵਾਲਾ ਚਾਹੇ ਤਾਂ ਇਹਨੂੰ ਇਸ ਤਰ੍ਹਾਂ ਚੱਕ ਕੇ ਸਿਲਾਈ ਵਿੱਚ ਪਾ ਲਓ, ਅਤੇ ਤਾਂ ਕੁੰਡਾ ਬਣਾ ਲਓ। ਠੀਕ ਹੈ, ਅਗਲਾ ਕੁੰਡਾ ਆਪਾਂ ਉਲਟਾ ਬੁਣਾਂਗੇ, ਇਹ ਵਾਲੇ ਧਾਗੇ ਨੂੰ ਇਸ ਤਰ੍ਹਾਂ ਉਠਾ ਕੇ, ਚਾਹੇ ਇਸ ਨੂੰ ਸਿਲਾਈ ਨੂੰ ਇਸ ਤਰ੍ਹਾਂ ਪਾ ਕੇ ਸਿੱਧਾ ਹੀ ਇਸ ਤਰ੍ਹਾਂ ਬੁਣ ਲਓ ਆਪਾਂ। ਅਗਲਾ ਕੁੰਡਾ ਸਿੱਧਾ ਬਣਾਉਂਗੇ, ਅਤੇ ਇਸ ਕੁੰਡੇ ਧਾਗੇ ਨੂੰ ਉਠਾ ਕੇ ਇੱਥੋਂ ਕੁੰਡਾ ਬਣਾਵਾਂਗੇ ਸਿੱਧਾ। ਪੂਰੀ ਸਿਲਾਈ ਆਪਾਂ ਸਿੱਧੀ ਬੁਣਦੇ ਜਾਵਾਂਗੇ। ਇੱਕ ਕੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਬਣਾਉਂਗੇ, ਅਤੇ ਇੱਕ ਕੁੰਡਾ ਜਿਹੜਾ ਸਿੱਧਾ ਆਪਾਂ ਬੁਣਾਂਗੇ ਉਹ ਵੀ ਸਿੱਧਾ, ਅਤੇ ਇਹ ਵਾਲੇ ਧਾਗੇ ਤੋਂ ਬਣਾਉਣਾ ਉਹ ਕੁੰਡਾ ਆਪਣੇ ਆਪਣੇ ਕੋਲ ਦੁਬਾਰਾ ਆਪਣੇ ਕੁੰਡੇ ਪੂਰੇ ਹੋਣ ਲੱਗ ਜਾਣਗੇ। ਸਿੰਗਲ ਧਾਗਾ ਹੀ ਉਠਾਉਣਾ ਇਹ ਇਸ ਤਰ੍ਹਾਂ ਡਬਲ ਧਾਗਾ ਨਹੀਂ ਉਠਾਉਣਾ। ਇੱਕ ਕੁੰਡਾ ਸਿੱਧਾ ਬਣਾਉਂਗੇ, ਇੱਕ ਕੁੰਡਾ ਇਹ ਵਾਲਾ ਦੇਖੋ ਸਿੰਗਲ ਧਾਗਾ ਉਠਾ ਕੇ ਇੱਥੋਂ ਬਣਾਉਣਾ।
ਇੱਕ ਕੁੰਡਾ ਆਪਾਂ ਇਸ ਤਰ੍ਹਾਂ ਬਣਾਵਾਂਗੇ ਸਿੱਧਾ, ਇੱਕ ਕੁੰਡਾ ਆਪਾਂ ਇਹ ਧਾਗੇ ਤੋਂ ਬਣਾਵਾਂਗੇ, ਇੱਕ ਕੁੰਡਾ ਸਿੱਧਾ ਆਪਾਂ ਇਸ ਤਰ੍ਹਾਂ ਬਣਾਵਾਂਗੇ, ਇੱਕ ਕੁੰਡਾ ਆਪਾਂ ਇਹ ਵਾਲੇ ਧਾਗੇ ਤੋਂ ਬਣਾਵਾਂਗੇ, ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਬਣਾਵਾਂਗੇ ਸਿਲਾਈ ਤੋਂ, ਇੱਕ ਕੁੰਡਾ ਆਪਾਂ ਇਹ ਧਾਗੇ ਤੋਂ ਬਣਾਵਾਂਗੇ, ਇੱਕ ਕੁੰਡਾ ਸਿੱਧਾ ਇੱਕ ਕੁੰਡਾ ਆਪਾਂ ਇਹ ਵਾਲੇ ਧਾਗੇ ਤੋਂ ਬਣਾਵਾਂਗੇ, ਇੱਕ ਕੁੰਡਾ ਸਿੱਧਾ ਇੱਕ ਕੁੰਡਾ ਇਹ ਵਾਲੇ ਧਾਗੇ ਤੋਂ ਬਣਾਵਾਂਗੇ, ਇੱਕ ਕੁੰਡਾ ਸਿੱਧਾ ਇੱਕ ਕੁੰਡਾ ਆਪਾਂ ਇਹ ਵਾਲੇ ਧਾਗੇ ਤੋਂ ਬਣਾਵਾਂਗੇ। ਇੱਥੇ ਲਾਸਟ 'ਤੇ ਆ ਕੇ ਆਪਾਂ ਨੂੰ ਇੱਥੇ ਇਹ ਕੁੰਡਾ ਬਣਾਉਣਾ ਜ਼ਰੂਰੀ ਆ, ਜੇਕਰ ਆਪਣੇ ਇਹ ਕੁੰਡਾ ਨਾ ਬਣਾਇਆ ਤਾਂ ਆਪਣੇ ਆਈ ਸਿਲਾਈ ਦੇ ਵਿੱਚ ਇੱਕ ਕੁੰਡਾ ਕੱਟਣ ਲੱਗ ਜੂ, ਅਤੇ ਲਾਸਟ ਦਾ ਕੁੰਡਾ ਆਪਾਂ ਉਲਟਾ ਬਣਾਵਾਂਗੇ। ਇੱਧਰ ਪਹਿਲਾ ਕੁੰਡਾ ਬੁਣ ਕੇ ਇੱਥੇ ਨਹੀਂ ਆਪਾਂ ਨੇ ਧਾਗਾ ਬਣਾਉਣਾ, ਆਹ ਧਾਗਾ ਚੱਕ ਕੇ ਕੁੰਡਾ ਬਣਾਉਣਾ, ਫਿਰ ਇੱਕ ਕੁੰਡਾ ਵਧਣ ਲੱਗ ਜੂ, ਅਤੇ ਲਾਸਟ 'ਤੇ ਜ਼ਰੂਰੀ ਆ ਬਣਾਉਣਾ। ਅਤੇ ਇਹਨਾਂ ਚਾਰ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।